ਸਤਿਕਾਰ ਅਤੇ ਮਾਣਯੋਗ ਸਤ ਸੰਗਤ ਬਹੁਤ ਭਾਗ ਵਾਲੇ ਹੋ। ਰਾਮ ਚੰਦਰ ਜੀ ਕੀ ਨਗਰੀ ਔਰ ਇਸ ਗੱਦੀ ਕੇ ਕੁਝ ਪਦਵੀ ਕੇ ਉੱਪਰ ਵਰਤਮਾਨ ਨਿਤਪਾਲ ਦਾਸ ਜੀ ਕਾ ਜਨਮ ਦਿਹਾੜਾ ਆਪ ਮਨਾ ਰਹੇ ਹੋ। ਇਹ ਗੁਰੂ ਨੇ ਕਿਰਪਾ ਕੀ ਹੈ, ਇਹ ਗੁਰੂ ਕਾ ਸਤਸੰਗ ਆਪਕੋ ਮਿਲ ਰਿਹਾ ਹੈ। ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਚੀਜ਼ ਐਸੀ ਹੈ, ਹੀਰੇ ਕੀ ਕਦਰ ਜੌਹਰੀ ਜਾਣਦਾ ਹੈ, ਸਬਜ਼ੀ ਵਾਲਾ ਨਹੀਂ ਜਾਣਦਾ। ਇਹ ਗੁਰਬਾਣੀ ਆਪਕੀ ਹੈ, ਗ੍ਰੰਥ ਸਾਹਿਬ ਆਪਕਾ ਹੈ, ਰਾਮਾਨੰਦ ਪਰਮਾਨੰਦ ਕਿਤਨੇ ਉੱਚ ਕੋਟੀ ਕੇ ਮਹਾਤਮਾ ਅਵਤਾਰ ਹੋਏ ਜਿਨਕੀ ਬਾਣੀ ਦਰਜ ਹੋਈ। ਜਿਤਨੇ ਲੋਕ ਯਹਾਂ ਬੈਠੇ ਹੈ ਉਨਕੋ ਮੈਂ ਇਹ ਪ੍ਰਣਾਮ ਕਰਤਾ ਹੂੰ ਕਿ ਸਭਸੇ ਪਹਿਲੇ ਯਹਾਂ ਤੀਨ ਪਾਤਸ਼ਾਹੀਆਂ ਆਈ ਹੈ, ਗੁਰੂ ਨਾਨਕ ਸਾਹਿਬ, ਗੁਰੂ ਤੇਗ ਬਹਾਦਰ ਜੀ ਔਰ ਗੁਰੂ ਗੋਬਿੰਦ ਸਿੰਘ ਜੀ ਔਰ ਇਹ ਅਯੁੱਧਿਆ ਨਗਰੀ ਰਾਮ ਜੀ। ਤੋ ਪਹਿਲੇ ਉਨਕੇ ਲਈ ਪ੍ਰਣਾਮ ਸਭ ਕਰੇ, ਉਸਕੇ ਬਾਅਦ ਮੈਂ ਥੋੜ੍ਹਾ ਸਾ ਪ੍ਰਸੰਗ ਲੈ ਕੇ ਆਪਣੇ ਟਾਈਮ ਕੇ ਅੰਦਰ ਆਪਣੀ ਬਾਤ ਕਹੂੰਗਾ। ਜੋ ਜੋ ਦੂਰ ਨੇੜੇ ਸੇ ਲੋਕ ਹੈ ਆਪਕੇ ਪਾਸ ਮੇਂ ਬੈਠ ਜਾਓ, ਕਿਉਂਕਿ ਮੈਂ ਕੋਈ ਪੈਸੇ ਲੈਣੇ ਨਹੀਂ ਆਇਆ। ਮੈਂ ਯੂਪੀ ਗਵਰਨਮੈਂਟ ਮੇਂ ਡਾਇਰੈਕਟਰ ਸਪੋਰਟਸ ਰਹਾ ਹੂੰ, ਮੇਰਾ ਕੋਈ ਕਿੱਤਾ ਨਹੀਂ ਹੈ ਕੋਈ ਕੀਰਤਨ ਕਰਨਾ। ਮੈਂ ਯੂਪੀ ਗਵਰਨਮੈਂਟ ਮੇਂ ਇੱਕ ਬਹੁਤ ਉੱਚ ਪਦਵੀ ਪਰ ਰਹਾ ਹੂੰ। ਜਿਤਨੇ ਮੇਰੇ ਸਾਥ ਦੇ ਬੈਠੇ ਹੈ ਇਸ ਸਪੋਰਟਸ ਕਾਲਜ ਮੇਂ ਕਾਰਜ ਹੈ, ਤੋ ਯੇ ਆਪਕੋ ਚੀਜ਼ ਐਸੀ ਮਿਲੇਗੀ ਜੋ ਸਰਬ ਸਾਂਝੀ। ਰਾਮ ਚੰਦਰ ਜੀ ਨੇ ਆਪਣੀ ਰਾਮ ਕਥਾ ਮੈਂ ਬਤਾਇਆ, ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾ ਅਵਤਾਰ ਲਿਖਾ, ਉਹਨਾਂ ਨੇ ਕਿਹਾ ਰਾਮ ਕਥਾ ਜੁਗ ਜੁਗ ਟਲ, ਸਭ ਕੋਈ ਭਗਤ ਮੇਰ, ਸੁਰਗਵਾਸ ਰਘਵਰ ਪਰਾ ਸਗਲੀ ਤੁਰੀ ਸਵੇਰ, ਜੋ ਇਹ ਕਥਾ ਸੁਨੇ ਅੜ ਗਾਵੇ ਦੂਰ ਪਾਪ ਤੇ ਲਿਖਤ ਨਾ ਆਵੇ। ਇਹ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਮੇਂ ਲਿਖਾ ਕਿ ਰਾਮ ਕੀ ਜੋ ਕਥਾ ਸੁਨੇਗਾ ਮੁਕਤ ਹੋ ਜਾਏਗਾ। ਇਸ ਲਈ ਮੈਂ ਕੋਈ ਆਪਣਾ ਪ੍ਰਸੰਗ ਅੱਜ ਗ੍ਰੰਥ ਸਾਹਿਬ ਮੇਂ ਸਭ ਕੁਛ ਹੈ। ਰਾਮ ਚੰਦਰ ਜੀ ਮਹਾਰਾਜ ਜੀ ਕਾ ਨਾਮ, ਰਾਵਣ ਜੀ ਕਾ ਨਾਮ, ਸੀਤਾ ਜੀ ਕਾ ਨਾਮ, ਹਨੂਮਾਨ ਜੀ ਕਾ ਨਾਮ ਕਿਤਨੀ ਦਫ਼ਾ ਆਇਆ ਹੈ। ਸਭਸੇ ਪਹਿਲੇ ਹਮ ਸਾਰੇ ਸੰਤੋ ਸਾਰੇ ਅਵਤਾਰੋ ਭਗਤੋਂ ਕੋ ਪ੍ਰਣਾਮ ਕਰਨਾ ਹੈ ਔਰ ਰਾਮ ਚੰਦਰ ਜੀ ਕੀ ਜੈ ਸੇ ਸ਼ੁਰੂ ਕਰੇਂਗੇ। ਤੋ ਮੈਂ ਬੋਲੂੰਗਾ ਸ਼੍ਰੀ ਰਾਮ ਚੰਦਰ ਜੀ, ਆਪ ਦੋਨੇ ਹੱਥ ਉੱਤੇ ਬੋਲੋਗੇ ਜੈ, ਠੀਕ ਹੈ। ਸ਼੍ਰੀ ਰਾਮ ਚੰਦਰ ਜੀ ਕੀ, ਸ਼੍ਰੀ ਰਾਮ ਚੰਦਰ ਜੀ ਕੀ, ਸ਼੍ਰੀ ਰਾਮ ਚੰਦਰ ਜੀ ਕੀ, ਜੈ ਜੈ ਕਾਲ ਭਇਆ ਜਗ ਅੰਤਰ ਲੱਖੇ ਸਗਲ ਵਸੂਰੇ। ਜਹਾਂ ਰਾਮ ਜੀ ਕੀ ਧਰਤੀ ਮੇਂ ਆਤੇ ਹੀ ਮਨ ਆਦਮੀ ਕਾ ਪਵਿੱਤਰ ਹੋ ਜਾਂਦਾ ਹੈ। ਤੋ ਮੈਂ ਤਿੰਨ ਬਾਤੇ ਕਹੂੰਗਾ, ਜਹਾਂ ਕੁਰਸੀ ਪਰ ਬੈਠੇ ਹੋ ਜਹਾਂ ਵੀ ਬੈਠੇ ਹੋ, ਗੁਰਬਾਣੀ ਸੁਣਨੇ ਕੇ ਲੀਏ ਯੇ ਨਿਯਮ ਹੈ, ਜਿਨਕੇ ਪਾਸ ਨਹੀਂ ਹੈ, ਜਿਨਕੇ ਪਾਸ ਕੱਪੜਾ ਹੋ ਉਹ ਸਿਰ ਕੋ ਢੱਕ ਲੈ। ਯੇ ਆਪ ਦੇਖੀਏ ਕਭੀ ਬਰਾਰੀ ਬਾਬੂ ਜਬ ਕਭੀ ਟੀਵੀ ਮੇਂ ਕਭੀ ਗੁਰੂ ਨਾਨਕ ਕੀ ਬਾਤ ਬਾਣੀ ਸੁਣਾਤੇ ਹੈ ਤੋ ਸਿਰ ਢੱਕਦੇ ਹੈ। ਤੋ ਹਾਥ ਜੋੜ ਕੇ ਮੇਰੀ ਬੇਨਤੀ ਹੈ, ਮੇਰੀ ਇੱਜ਼ਤ ਨਾ ਕਰੇ ਆਪ, ਗੁਰਬਾਣੀ ਦੀ ਇੱਜ਼ਤ ਕਰੇ ਸਾਰੇ ਲੋਕ, ਜਿਨਕੇ ਪਾਸ ਕੱਪੜਾ ਸਿਰ ਤੇ ਰੱਖ ਲੈ। ਸ਼ਬਦ ਦਾ ਸਤਿਕਾਰ ਹੈ, ਹਰਿਮੰਦਰ ਸਾਹਿਬ ਨੇ ਕੋਈ ਵੀ ਜਾਏ, ਪ੍ਰਧਾਨ ਮੰਤਰੀ ਜਾਏ, ਰਾਸ਼ਟਰਪਤੀ ਜਾਏ, ਅਕਬਰ ਜਾਏ, ਸਭ ਕੁਛ ਸਿਰ ਢੱਕਣਾ ਪੜਦਾ। ਜੇ ਇੱਕ ਐਸਾ ਗੁਰੂ ਨੇ ਖੇਲ ਬਣਾਇਆ, ਵੈਸੇ ਤੋ ਮੈਂ ਗੁਰਦੁਆਰੇ ਮੈਂ ਕਰਤਾ ਹੂੰ, ਪਰ ਇਹ ਗੁਰੂ ਨੇ ਬੜੀ ਕਿਰਪਾ ਕੀ, ਇਹ ਆਪਕੇ ਜੋ ਸੰਤ ਮਹਾਰਾਜ ਨਿਤਪਾਲ ਜੀ ਦਾਸ ਜੀ ਉਨਕੀ ਇਹ ਮਹਿਮਾ ਹੈ ਕਿ ਉਹਨੇ ਸਮੇਂ ਗੁਰਬਾਣੀ ਕੇ ਕੀਰਤਨ ਆਪਕੋ ਸੁਣਾ ਰਹੇ, ਲੋਕ ਜਾਣੇ ਉਹ ਗੀਤ ਹੈ ਇਹ ਕੋ ਬ੍ਰਹਮ ਵਿਚਾਰ। ਰਾਮ ਚੰਦਰ ਜੀ ਮਹਾਰਾਜ ਇਸ ਨਗਰੀ ਮੇਂ ਦਸ਼ਰਥ ਕੇ ਘਰ ਮੇਂ ਪੈਦਾ ਹੋਏ ਔਰ ਉਨਕੀ ਨਾਮ ਮਾਤਾ ਕਛਲਿਆ ਜੀ, ਤੀਨ ਨਾਨੀਆਂ ਸੀ ਔਰ ਬੜੀ ਮਹਾ ਪਟਰਾਣੀ। ਜੇ ਧਿਆਨ ਸੇ ਸੁਣੀਏਗਾ ਜੀ, ਜੋ ਕਥਾ ਸੁਣਦਾ ਮੁਕਤ ਹੋ ਜਾਏਗਾ। ਇਹ ਮੈਨੇ ਨਹੀਂ ਕਿਹਾ, ਗੁਰੂ ਗੋਬਿੰਦ ਸਿੰਘ ਜੀ ਕਹਿ ਕੇ ਗਏ। ਦੂਸਰੀ ਇਹ
सुमित्रा जहां से लक्ष्मण जी पैदा हुए और कई भरत और शत्रुघ्न ये छोटी उम्र से बड़े प्रेम से रहते हैं, हर काम के लिए गुरु की जरूरत है। अगर आपको इंजीनियर बनना है, डॉक्टर बनना, किसी कॉलेज में जाना पड़ेगा। अगर अध्यात्म में जाना, किसी गुरु किसी संत के पास। और जितने संत यहाँ बैठे हैं, मेरा इन सबको प्रणाम है। गुरु नानक साहब ने कहा, सेवा को है दोए भले, एक संत और राम। राम जो दाता मुक्त का संत जपावै नाम। रामचंद्र जी आपको मुक्ति देंगे, पर जो उसके संत हैं वो नाम जपा के उस भगवान से जोड़ते हैं। तो गुरु धारणा बड़ी जरूरी है। इनकी पसंद शिक्षा शास्त्र विद्या अध्यात्म विद्या विशेष जी के पास हुई। तो रामचंद्र जी के जन्म के बारे में हम एक शब्द पढ़ेंगे, मिटिया अंधेरा चंद चढ़िया, फिर हम आगे चलेंगे। ये वाणी को समझो, अगर नहीं भी समझ आएगी तो ये तुमको पार कर देगी। गुरु ने कहा है, आयो सुन पंड को वाणी, नाम सार लगे अल लाल तीर्था जन्म पुराणी। वाणी क्या है? हनुमान चालीसा ये वाणी है। राम कथा वाणी है, कुरान वाणी है। तो इस करके जो भी किसी मौके पर जो जो लोग आए, पर रामचंद्र जी को गुरु नानक ने अवतार माना। गुरु नानक साहब रामचंद्र जी कृष्ण जी में कोई फर्क नहीं, समय का फर्क है। गुरु सब लिखे गए, सतयुग ते माण्यो छल्यो बल बावन भायो। सतयुग में उसने बल राजे को छला। और सुन लो ध्यान से, त्रेते ते माण्यो राम और हंस को हायो। त्रेते में वो जोत रामचंद्र जी में आई। द्वापर कृष्ण मरार, द्वापर में वो जोत कृष्ण जी में आई। कंस करतार कियो उग्र सैन को राज दे अवे भक्ते जन दियो। कंस का वध करके उग्र सैन को राज के बताया पीछे महाराज जी ने। कलयुग प्रमाण नानक गुर अंगद अमृत हायो, कलयुग में वो जोत गुरु नानक में आई। श्री गुरु राज अबचल टल आग पुष्प फरमायो, अब ये जोत गुरु ग्रंथ साहब में आई। ग्रंथ साहब तो सिखों का ग्रंथ नहीं है, ये गुरु नानक साहब में हर रोज गुरुद्वारे में जब अरदास होती है वहां कहा जाता है, नानक नाम चढ़ती कला तेरे भाणे सर्वत का भला। गुरु नानक साहब ने पूरे वर्ल्ड का भला माना। तो अब ये इसकी बाणी दर्द हो गई, उसकी पत्नी गुरु नानक की है। अभी आपने शब्द समर्पण किया, मन राम सिमर पछताएगा, उस राम को सिमरो, पापी जीड़ा लोभ करता है आज काल उठ जाएगा। तुम्हें दुनिया से जाना है, जितना टाइम सत्संग में गुजार जाओगे ये तेरे साथ जाएगा। तेरिया कोठियां, तेरे एसी, तेरे बहन भाई, जिस दिन मौत आई सब छोड़ जाओ। गुरु साहब ने कहा, संग सखा सब तज गए कौ न मिलो साथ, कौ नानक के जिप्त में टेक एक रघुनाथ। रघुनाथ मैंने रामचंद्र जी, कहने तुम उसकी ओर लो ये तेरे साथ जाएगा। ये कोठियां कारें सब यही रह जाएगी। वो प्यारे हो दुनिया से आए हो, ये गुरबाणी सुन के अपना आधार कर लो, मेरी बात ना मानो। जो गुरु नानक ने कहा वो टल है। रामचंद्र जी में, कृष्ण महाराज जी में, गुरु नानक में कोई फर्क नहीं। आद अंत एक है अवतारा सोई गुरु, सब जो हमारा। अब हम रामचंद्र जी इस आगमन में आए हैं, उनके प्रति एक उनके जन्म का शब्द पढ़े, गुरबाणी उनको सुनिए। और मैं आपका बहुत धन्यवाद करता हूँ, आपने सिर ढक लिए। जो ढकेगा उसको गुरु की शीश मिलेगी। मिटिया अंधेरा चंद चढ़िया, मिटिया अंधेरा चंद चढ़िया। Yeah.